ये तो अभी निकली है, इसको जब थोड़ा आज प्रसाद नहीं, अब हम सभी है कहीं भी मंदिर में रजिस्टर कर लेंगे, जहीं भी कलानौर में या डेढ़ में। एक ना लोहड़ी वाले दिन सूचना मिली सी कि इतों ना कमाद दे विचों कुछ मूर्तियां मिलिया ने खेत मजदूरों काम करद हो, जिद एक नटराज भगवान की मूर्ति सी, एक श्री कृष्ण जी की मूर्ति सी, एक गणपति जी की सी, एक भोलेनाथ जी सी, भोलेनाथ पार्वती जी की छोटी जी प्रतिमा सी। वह मूर्तियाँ एक बोरी च पईयां ਉਹ ਪਹਿਲਾਂ ਤਾਂ ਇਹਨਾਂ ਨੇ ਦੱਸਿਆ ਮਤਲਬ ਕਿ ਉੱਥੋਂ ਲਿਆ ਕੇ ਇੱਕ ਡੇਰੇ 'ਤੇ ਰੱਖ ਲਈਆਂ ਸੀਗੀਆਂ, ਅਤੇ ਉਸ ਤੋਂ ਬਾਅਦ ਪੁਲਿਸ ਦੇ ਧਿਆਨ ਇੱਕ ਪਰਸੋਂ ਵੀ ਗੱਲ ਲਿਆਉਂਦੀ ਗਈ ਸੀਗੀ ਕਿ ਕੋਈ ਲਾਗੇ ਚਾਗੇ ਕਿਸੇ ਮੰਦਿਰ ਦੇ ਵਿੱਚ ਕੋਈ ਵਾਰਦਾਤ ਜਾਂ ਕੁਛ ਕਿਤੋਂ ਚੁੱਕੀਆਂ ਚੱਕੀਆਂ ਦਾ ਕੋਈ ਚੋਰੀ ਚਾਰੀ ਟਾਈਪ ਕੁਛ ਕੋਈ ਸੂਚਨਾ ਤਾਂ ਨਹੀਂ ਹੈਗੀ, ਬਟ ਪੁਲਿਸ ਨੂੰ ਦੇ ਕੋਲ ਇੱਦਾਂ ਦੀ ਕੋਈ ਵੀ ਰਪਟ ਨਹੀਂ ਸੀਗੀ। ਫਿਰ ਉਸ ਤੋਂ ਬਾਅਦ ਕੱਲ੍ਹ ਅੱਜ ਫਿਰ ਦੁਬਾਰਾ ਇੱਕ ਇਨਫੋਰਮੇਸ਼ਨ ਆਈ ਕਿ ਉਹਦੇ ਵਿੱਚ ਨਾ ਘੰਟੀਆਂ ਵੀ ਨੇ, ਜਿਸ ਤਰ੍ਹਾਂ ਟੱਲੀਆਂ ਜਿਹੜੀਆਂ ਮੰਦਿਰ ਦੇ ਵਿੱਚ ਆਮ ਤੌਰ 'ਤੇ ਆਪਾਂ ਲਗਾਉਂਦੇ ਹਾਂ ਉਹ ਵੀ ਨੇ। ਫਿਰ ਸ਼ੱਕ ਪਿਆ ਕਿ 100% ਕਿਸੇ ਮੰਦਿਰ 'ਚੋਂ ਚੋਰੀ ਹੋਈਆਂ ਮੂਰਤੀਆਂ ਨੇ। ਜਦੋਂ ਫਿਰ ਅਸੀਂ ਮੌਕੇ 'ਤੇ ਆਏ ਤਾਂ ਮੌਕੇ 'ਤੇ ਇੱਥੇ ਸਰਦਾਰ ਬਲਵਿੰਦਰ ਸਿੰਘ ਹਰਾਂ ਦੇ ਡੇਰੇ 'ਤੇ ਆਏ, ਇੱਥੇ ਇਹਨਾਂ ਨੇ ਮੂਰਤੀਆਂ ਰੱਖੀ ਦੀਆਂ ਸੀ ਆਦਰ ਸਾਹਿਬ। ਅਸੀਂ ਮੂਰਤੀਆਂ ਦੇਖੀਆਂ, ਉਹ ਮੂਰਤੀਆਂ ਇੱਦਾਂ ਲੱਗ ਰਿਹਾ ਸੀਗਾ ਕਿ ਬਹੁਤ ਲੰਬੇ ਸਮੇਂ ਤੋਂ ਕਿਤੋਂ ਆਈਆਂ ਹੋਈਆਂ ਨੇ, ਔਰ ਕਾਫੀ ਬਰਸਾਤ ਵਗੈਰਾ ਉਹਨਾਂ ਨੇ ਦੇ ਵਿੱਚ ਜਿਹੜੀਆਂ ਨੇ ਉਹ ਖੇਤਾਂ 'ਚ ਪਈਆਂ ਰਹੀਆਂ ਨੇ, ਕਿਤੇ ਜੰਗਾਲ ਲੱਗੀ ਹਾਲਤ। ਅਸ਼ਟ ਧਾਤੂ ਜਾਂ ਪਿੱਤਲ ਦੀਆਂ ਮੂਰਤੀਆਂ ਵੇਖਣ 'ਚ ਲੱਗਦੀਆਂ ਨੇ, ਔਰ ਜਿਹਦੇ 'ਚ 3 ਘੰਟੀਆਂ ਮੰਦਿਰ ਦੇ ਵਿੱਚ ਜਿਹੜੀਆਂ ਲਟਕਾਈਆਂ ਹੁੰਦੀਆਂ ਉਹ ਨੇ, 4 ਮੂਰਤੀਆਂ ਨੇ, ਔਰ ਇੱਕ ਜਿਹੜੀ ਆਰਤੀ ਦੇ ਟਾਈਮ 'ਤੇ ਅਸੀਂ ਘੰਟੀ ਯੂਜ਼ ਕਰਦੇ ਹਾਂ ਉਹ ਆ। ਅਤੇ ਇੱਦਾਂ ਹੈ ਵੀ ਸਾਡਾ ਇੱਥੇ ਕਮਾਦ ਹੀ ਲੱਗੇ, ਠੀਕ ਆ, ਉਹਦੇ ਵਿੱਚੋਂ ਮੂਰਤੀਆਂ ਲੱਭੀਆਂ ਮਾਤਾ ਜੀ ਦੀਆਂ, ਠੀਕ ਆ, ਅਤੇ ਉਹ ਸਾਡੇ ਬਈਏ ਵੜਦੇ ਪਏ ਸੀ ਕਮਾਦ ਕੰਨਾ, ਮੈਨੂੰ ਫੋਨ ਕੀਤਾ ਉਹਨਾਂ ਨੇ, ਅਤੇ ਉਹਨਾਂ ਕਿਹਾ ਵੀ ਕੋਈ ਚੀਜ਼ ਲੱਭੀ ਆ ਸਾਨੂੰ ਆਣ ਕੇ ਵੇਖੋ। ਵੀ ਮੈਂ ਗਿਆ, ਜਦੋਂ ਮੈਂ ਵੇਖਿਆ ਬੋਰੀ ਦੇ ਵਿੱਚ ਤਿੰਨ ਮੂਰਤੀਆਂ ਮਾਤਾ ਜੀ ਦੀਆਂ ਸੀ, ਕੋਈ 2-3 ਟੱਲ ਸੀ, ਮਤਲਬ ਕਿ 1-2 ਹੋਰ ਸਮਾਨ ਸੀ, ਅਤੇ ਉਹਨਾਂ ਨੇ ਮੈਂ ਚੁੱਕ ਕੇ ਲਿਆ ਕੇ ਘਰ ਰੱਖ ਕੇ, ਫਿਰ ਮੈਂ ਮੁੰਡਾ ਇੱਥੇ ਵਾਗ ਵੀ, ਮੈਂ ਉਹਨੂੰ ਮੰਦਿਰ ਵਾਲੇ ਨੂੰ ਫੋਨ ਕੀਤਾ, ਫਿਰ ਉਹਨਾਂ ਨੇ ਮੈਨੂੰ ਜੋ ਵੀ ਡਿਟੇਲ ਉਹਨਾਂ ਦੱਸੀ, ਫਿਰ ਉਹਨਾਂ ਨੇ ਅੱਗੇ ਜੋ ਵੀ ਆ ਮੰਦਿਰ ਦੀ ਕਾਰਵਾਈ ਕਰਕੇ ਅਤੇ ਆਪਣੇ ਹੈਂਡਓਵਰ ਕੀਤੀਆਂ ਮੂਰਤੀ। ਮੈਨੂੰ ਹੁਣ ਤੋਂ ਕੋਈ ਥੋੜ੍ਹਾ ਚਿਰ ਪਹਿਲਾਂ ਹੀ ਨਰਿੰਦਰ ਵਿੱਜ ਜੀ ਦਾ ਫੋਨ ਆਇਆ ਸੀ ਮੇਰੇ ਫੋਨ 'ਤੇ, ਕਲਨੌਰ ਤੋਂ ਨਰਿੰਦਰ ਵਿੱਜ ਜੀ, ਜਿਨ੍ਹਾਂ ਨੇ ਦੱਸਿਆ ਕਿ ਇੱਕ ਖੇਤ ਕਮਾਦ ਆ ਪਲਵਿੰਦਰ ਸਿੰਘ ਅਰਲੀ ਭੰਨ ਡੇਰਾ ਨਿੱਜਰਾਂ ਦਾ ਪੈਂਦਾ ਜੀ, ਇਹਦੇ ਵਿੱਚ ਇੱਕ ਬੋਰੀ ਮਿਲੀ ਹੈ ਜਿਹਦੇ ਵਿੱਚ ਕੋਈ ਭਗਵਾਨ ਦੀਆਂ ਮੂਰਤੀਆਂ ਨੇ, ਅਤੇ ਮੈਂ ਉਸ ਵੇਲੇ ਮੌਕੇ 'ਤੇ ਆਇਆ ਜੀ। ਮੌਕੇ 'ਤੇ ਆ ਕੇ ਅਤੇ ਦੇਖਿਆ ਮੂਰਤੀਆਂ ਜਿਹੜੀਆਂ ਉਹ ਆਪਣੇ ਕਬਜ਼ੇ 'ਚ ਲੈ ਲਈਆਂ ਨੇ, ਉਹਨਾਂ ਨੂੰ ਸਨਮਾਨ ਨਾਲ ਅਸੀਂ ਆਪਣੇ ਕੋਲ ਰੱਖਾਂਗੇ, ਕਾਨੂੰਨ ਅਨੁਸਾਰ ਜੋ ਵੀ ਹੈਗੀ ਆ ਬਣਦੀ ਕਾਰਵਾਈ ਕੀਤੀ ਜਾਏਗੀ, ਅਤੇ ਮੂਰਤੀਆਂ ਸਨਮਾਨ ਸਹਿਤ ਹੀ ਮੰਦਰ ਵਾਲਿਆਂ ਦੇ ਹਵਾਲੇ ਕੀਤੀਆਂ ਜਾਣਗੀਆਂ।